ਹਜ਼ਰ ਜ਼ਾਹਿਰ ਤੁਸੀਂ ਅੱਲਾਹ ਪਰ ਮੇਰੇ ਆਕਾ ਦਾ ਗੁਲਾਮ ਹੈ, ਪਤਲੀ ਗੁਲਾਮ ਹੈ, ਮੰਡੀ ਦੇ ਅੰਦਰ ਸਬਜ਼ੀ ਵੇਚਦਾ ਹੈ। ਇੱਕ ਦਿਨ ਮੇਰੇ ਆਕਾ ਦਾ ਮੰਡੀ 'ਚ ਗੁਜ਼ਰ ਰਿਹਾ, ਚਿਹਰੇ 'ਤੇ ਨਿਗਾਹ ਪਈ ਅਤੇ ਦਿਲ ਦੀ ਦੁਨੀਆ ਬਦਲ ਗਈ। ਅੱਗੇ ਸਬਜ਼ੀ ਵੇਚਦਾ ਘਰ ਚਲੇ ਜਾਂਦਾ, ਹੁਣ ਸਬਜ਼ੀ ਵੇਚਦਾ ਘਰ ਨਹੀਂ ਜਾਂਦਾ, ਅੱਖਾਂ ਦੀ ਬਾਤ ਦਾ ਚਾਹ ਜਾਂਦਾ ਚਾਹ ਜਾਂਦਾ ਸਾਰੇ ਗੁਲਾਮ ਨਜ਼ਰਾਂ ਚੁਕਾ ਕੇ ਬਹਿ ਗਏ। ਉਹ ਟਿਕ ਟਿਕੀ ਬੰਦ ਕੇ ਬੰਦ ਕੇ ਬੰਦ ਕੇ ਬੰਦ ਕੇ ਆਕਾ ਦਾ ਦੀਦਾਰ ਕਰਦੇ ਯਾਰ ਕਰਦੇ। ਗੁਲਾਮ ਕਹਿੰਦੇ ਨੇ ਅਸੀਂ ਨਜ਼ਰਾਂ ਚੁਕਾ ਕੇ ਬੈਠਦੇ ਹਾਂ, ਤੂੰ ਅੱਖਾਂ ਚੁੱਕ ਚੁੱਕ ਕੇ ਆਕਾ ਨੂੰ ਤੱਕ ਰਹੇ। ਕਹਿੰਦਾ ਤੁਹਾਨੂੰ ਕੀ ਪਤਾ ਹੋਵੇ, ਆਕਾ ਨੂੰ ਤੱਕ ਕੇ ਮੇਰੀਆਂ ਅੱਖਾਂ ਨੂੰ ਚੈਨ ਮਿਲ ਚੈਨ। ਉਹ ਕੈਸਾ ਗੁਲਾਮ ਹੈ ਜਿਹੜਾ ਆਕਾ ਨੂੰ ਤੱਕ ਕੇ ਚੈਨ ਹਾਸਲ ਕਰ ਲਿਆ। ਇਹ ਐਸੇ ਗੁਲਾਮ ਹਨ ਜਿਹੜੇ ਆਕਾ ਦਾ ਜ਼ਿਕਰ ਸੁਣ ਕੇ ਚੈਨ ਹਾਸਲ ਕਰ ਗੁਲਾਮ ਕਹਿੰਦੇ ਨੇ ਆਕਾ ਨੂੰ ਕੱਦੂ ਸ਼ੀ ਬੜਾ ਪਸੰਦ। ਅੱਗੇ ਪੈਲੀ ਦੇ ਅੰਦਰ ਮੁਖਤਲਿਫ ਕਿਸਮ ਦੀ ਸਬਜ਼ੀ ਬੀਜਦਾ ਸੀ। ਜਦੋਂ ਉਹਨੂੰ ਪਤਾ ਲੱਗ ਗਿਆ ਆਕਾ ਨੂੰ ਕੱਦੂ ਸ਼ੀ ਬੜਾ ਪਸੰਦ, ਉਹਨੇ ਕੱਦੂ ਸ਼ੀ ਬੀਜਣਾ ਸ਼ੁਰੂ ਕਰ ਦਿੱਤਾ। ਹੁਣ ਪਹਿਲੀ 'ਚ ਚਲੇ ਜਾਂਦਾ ਵੱਡੇ ਵੱਡੇ ਕੱਦੂ ਟੋਕਰੇ 'ਚ ਬੰਨ, ਛੋਟੇ ਛੋਟੇ ਪੁੱਲੇ ਪੁੱਲੇ ਪਿਆਰੇ ਪਿਆਰੇ ਸੋਹਣੇ ਸੋਹਣੇ ਕੱਦੂ ਕੱਪੜੇ 'ਚ ਬੰਨ ਲੈਂਦਾ, ਜਿਹੜੇ ਮੰਡੀ ਲੈ ਕੇ ਜਾਂਦੇ ਉਹਨੂੰ ਸਿਰ 'ਤੇ ਰੱਖ ਲੈਂਦਾ, ਜਿਹੜੇ ਆਕਾ ਦੀ ਬਾਰਗੇ ਪੇਸ਼ ਕੇ ਉਹਨੂੰ ਸੀਨੇ ਨਾਲ ਲਾ ਲੈਂਦਾ। ਤੜਕੇ ਤੜਕੇ ਕਦੋਂ ਸ਼ੀ ਲੈ ਕੇ ਆ ਗਿਆ ਆਕਾ ਦੀ ਬਾਰ ਕੇ ਪੇਸ਼ ਕੀਤੇ, ਮੇਰੇ ਆਖਾਂ ਨੇ ਲੈ ਲੈ, ਮੇਰੇ ਆਖਾਂ ਨੇ ਫਰਮਾਇਆ ਬਿਲਾਵ ਆਖਾ ਯੋਖਮ ਹੋਵੇ, ਫਰਮਾਇਆ ਖਜੂਰਾਂ ਲੈ ਕੇ ਆਓ। ਬਿਲਾਲ ਖਜੂਰਾਂ ਲੈ ਕੇ ਆ ਗਏ, ਮੇਰੇ ਆਖਾਂ ਨੂੰ ਦੇ ਦਿੱਤੀਆਂ, ਮੇਰੇ ਆਖਾਂ ਨੇ ਖਜੂਰਾਂ ਲੈ ਲਈਆਂ, ਸਾਹੇ ਨੂੰ ਦੇ ਦਿੱਤੀਆਂ, ਸਾਹ ਨੇ ਖਜੂਰਾਂ ਖਾ ਲਈਆਂ, ਗਿਟਕਾਂ ਜੇ ਵਿੱਚ ਪਾ ਲਈਆਂ। ਉਹ ਜਦੋਂ ਕਿਸੇ ਮਾੜੇ ਬੰਦੇ ਦੀ ਯਾਰੀ ਪਿੰਡ ਦੇ ਚੋਰ ਨਾ ਲੱਗ ਜੇ, ਐਮ ਪੀ ਨਾ ਲੱਗ ਜੇ, ਐਮ ਐਨ ਨਾ ਲੱਗ ਜੇ, ਲੋਕਾਂ ਨੂੰ ਕਹਿੰਦਾ ਫਿਰੇਗਾ ਓਏ ਲੋਕੋ, ਪਿੰਡ ਦਾ ਚੋਰੀ ਮੇਰਾ ਯਾਰ, ਐਮ ਪੀ ਮੇਰਾ ਯਾਰ, ਐਮ ਐਨ ਏ ਮੇਰਾ ਯਾਰ, ਕਿੰਨਾ ਮੁਕੱਦਰਾ ਵਾਲਾ ਗੁਲਾਮ ਏ ਜਿਹਦਾ ਯਾਰ ਨਬੀਆਂ ਦਾ ਇਮਾਨ। ਚਲੇ ਜਾਂਦਾ ਏ ਲੋਕਾਂ ਨੂੰ ਇਕੱਠਿਆਂ ਕਰ ਲੈਂਦਾ ਏ, ਕਹਿੰਦਾ ਲੋਕੋ ਨਬੀ ਮੇਰਾ ਯਾਰ, ਮੈਂ ਨਬੀ ਦਾ ਯਾਰਾ, ਓਏ ਲੋਕੋ ਨਬੀ ਮੇਰਾ ਯਾਰ, ਮੈਂ ਨਬੀ ਦਾ ਯਾਰਾ, ਲੋਕੀ ਮੇਰੇ ਮਾਰੇ, ਲੋਕੀ ਮਜ਼ਾਕ ਕਰਦੇ ਪਰਵਾਦੇ, ਸਹਿਕਿੰਨ ਦੀਆਂ ਗੱਲਾਂ ਕਰਨਾ ਏ, ਜਿੱਥੇ ਤੇਰੀ ਜ਼ਾਤ ਏ ਕਿੱਥੇ ਨਬੀ ਦਾ ਮੁਕਾਮ ਏ। ਸਹਿ ਕਹਿੰਦਾ ਲੋਕੋ ਹੋਰ ਗੱਲ ਯਾਰੇ ਤੱਕ ਨਹੀਂ ਰਹੇ, ਮੇਰਾ ਆਕਾ ਮੈਨੂੰ ਤੋਹਫੇ ਦੇਣਾ ਏ, ਮੈਂ ਆਪਣੇ ਆਕਾ ਨੂੰ ਤੋਹਫੇ ਦੇਣਾ, ਆਇਓ ਖਜੂਰਾਂ ਦੇ ਗਿਣਕਾ ਵੇਖ ਲੋ, ਜਿਨ੍ਹਾਂ ਨੂੰ ਹੱਥ ਤੇਰੇ ਤੇ ਮੇਰੇ ਆਕਾ ਦੇ ਲੱਗੇ ਹੋਏ। ਤੜਕੇ ਤੜਕੇ ਆਕਾ ਦੀ ਬਾਰ ਗਏ, ਗੁਲਾਮ ਆ ਗਿਆ, ਕਹਿੰਦਾ ਸੋਹਣਿਆ ਸਾਹਿਬ ਨੂੰ ਮਨਾ ਕਰੋ, ਮੰਡੀ ਜਾ ਕੇ ਲੋਕਾਂ ਨੂੰ ਇਕੱਠਿਆਂ ਕਰ ਲੈਂਦਾ ਏ, ਕਹਿੰਦਾ ਲੋਕੋ ਨਬੀ ਮੇਰਾ ਯਾਰ, ਮੈਂ ਨਬੀ ਦਾ ਯਾਰਾ, ਲੋਕੋ ਨਬੀ ਮੇਰਾ ਯਾਰ, ਮੈਂ ਨਬੀ ਦਾ ਯਾਰਾ, ਲੋਕੀ ਮੇਰੇ ਮਾਰੇ, ਲੋਕੀ ਮਜ਼ਾਕ ਕਰਦੇ ਪਰਵਾਦੇ, ਮੇਰੇ ਆਕਾ ਨੇ ਫਰਮਾਇਆ ਬਿਲਾਲ
ਹਾਲ ਆਕਾਇਓ ਕਮੋਵੇ ਫਰਮਾਇਆ ਜ਼ਾਹਿਰ ਸਾਡੀ ਯਾਰੀ ਦਾ ਐਲਾਨ ਕਰਦੇ ਲੋਕੀ ਮੇਰੇ ਮਾਦੇ ਲੋਕੀ ਮਜ਼ਾਕ ਕਰਦੇ ਪਰ ਪਰਵਾ ਦੇ ਫਿਲਹਾਲ ਕਹਿ ਲਗੇ ਸੋਨਿਆ ਕਿਉਂ ਨਾ ਚਾਹੀਦਾ ਏ ਮੇਰੇ ਆਖਾਂ ਨੇ ਫਰਮਾਇਆ ਬਿਲਾਲ ਕੱਲ ਦਿਨ ਚੱਲ ਲੈਂਦੇ ਅਸੀਂ ਆ ਮੰਡੀ ਜਾ ਕੇ ਸਾਹਰ ਦੀ ਯਾਰੀ ਦਾ ਐਲਾਨ ਆਪਣੀ ਜ਼ਬਾਨ ਚੋ ਕਰਾਂ ਖੜੀ ਰੱਖੀ ਦੇ ਮੇਰੇ ਆਕਾ ਸਾਹਮਣੇ ਦੁਨੀਆ ਮੇਰੇ ਆਕਾ ਕੰਡ ਪਿੱਛੇ ਮੇਰੇ ਆਕਾ ਨੇ ਆਣ ਕੇ ਐਂ ਜਾਤੀ ਉੱਚੀ ਸੁਭਾਨ ਲਾ ਬੋਲੀ ਅੱਲਾ ਕਰੇ ਉਹਦੀ ਅੱਖਾਂ ਤੇ ਵੀ ਆਕਾ ਹੱਥ ਰੱਖ حضرات دیوان خان میرے آقا نے ہاتھ رکھیا میرے آقا نے فرمایا ظاہر بول میں کالا ظاہر تو توجہ نہیں کردا ایندا نو کو قد لے لو اوے نو کو قد لے لو جڑا نہ لے گا پچھتائے گا نو کو قد لے ਰਜ਼ਵੀ ਸਾਹਿਬ ਉਹਨੂੰ ਪਤਾ ਹੀ ਨਹੀਂ ਲੱਗਾ ਹੋਏਗਾ ਨਾ ਨਾ ਆਕਾ ਦੇ ਗੁਲਾਮ ਕਹਿੰਦੇ ਜਿਸ ਮਕਾਨ ਤੋਂ ਖੁਸ਼ਬੂਆਂ ਜੋ ਲਿਆ ਜਾਂਦੇ ਸਨ ਸਾਨੂੰ ਪਤਾ ਲੱਗ ਜਾਂਦਾ ਸੀ ਸਾਡੇ ਆਕਾ ਇੱਥੇ ਮੌਜੂਦ ਨੇ ਉਹਨੂੰ ਕਿਉਂ ਨਾ ਪਤਾ ਲੱਗਾ ਹੋਏਗਾ ਜਿਹਦੇ ਕਣ ਦੇ ਨਾਲ ਮੇਰੇ ਆਕਾ ਪਾਕ ਦਾ ਸੀਨਾ ਪਾ ਰਜ਼ਵੀ ਸਾਹਿਬ ਜੇ ਉਹਨੂੰ ਪਤਾ ਲੱਗ ਗਿਆ ਫਿਰ ਬੋਲਦਾ ਕੌਣ ਏ ਉਹਨੇ ਦਿੱਤੀ ਮਰਦੀ ਬਣ ਗਏ ਮੇਰੇ ਹਬੀਬ ਨੇ ਮੇਰੇ ਆਕਾ ਨੇ ਮੇਰੇ ਰਸੂਲ ਨੇ ਅਗਰ ਮੈਂ ਦੱਸ ਦਿੱਤਾ ਮੇਰੇ ਆਕਾ ਨੇ ਚੱਠਾ ਛੱਡ ਦੇਣਾ ਤੁਸੀਂ ਮਤਲਬ ਮੇਰੇ ਆਕਾ ਨੇ ਫਰਮਾਇਆ ਸਾਹਿਬ ਸਕੂਨ ਹਾਸਲ ਹੋ ਰਿਹਾ ਇਹਨੇ ਨੂੰ ਦੱਸਿਆ ਮੇਰੇ ਆਖਾਂ ਨੇ ਹੱਥ ਛੱਡੇ ਸਾਹਮਣੇ ਆ ਕੇ ਮੇਰੇ ਆਖਾਂ ਨੇ ਇੱਥੋਂ ਫੜੇ ਚੁੱਕ ਸਕਦੇ ਜਿਹੜੇ ਉਹ ਹੱਥ ਚੁੱਕ ਸਕਦੇ ਚੁੱਕ ਬੋਲੋ ਇੱਥੋਂ ਫੜਿਆ ਮੇਰੇ ਆਖਾਂ ਨੇ ਫਰਮਾਇਆ ਕੌਣ ਹੋਏ ਤੇ ਸੁਲਤਾਨ ਵਾਲੇ ਪੀਂ ਬੋਲ ਉੱਠੇ ਸੁਲਤਾਨ ਵਾਲੇ ਫਰਮਾਉਂਦੇ ਨੇ ਮੈਂ ਮੈਂ ਨੱਖ ਮਸੀ
حکومت تھی یزید کی صدقہ حسین کی زمانہ حسین کا میرے آقا نے فرمایا چپ کر جدا مول محمد لال دا مول دے کون سکے گا جی آقا مول لا تو دنیا بھی چنگی ہو جانی آخرت بھی چنگی ہو جانی اللہ حاضری قبول تے منظور فرمائے اللہ رب العزت جن دوست احباب محفل میلاد مصطفیٰ